ਰਹੇ ਆ ਖੇਤ ਤੇ ਇੱਕ ਮੋਟਰ ਕੱਲ ਰੋਕੀ ਸੀਗੀ ਤੇ ਪ੍ਰੋਬਲਮ ਆ ਗਈ ਸੀ ਉਹਨੂੰ ਕੇਬਲ ਨੂੰ ਜਿਹੜੀ ਖੰਬੇ ਤੋਂ ਆਉਂਦੀ ਆ ਮੋਟਰ ਨੂੰ ਸਟਾਰਟਰ ਨੂੰ ਤੇ ਬਾਕੀ ਇੱਕ ਮੋਟਰ ਚੱਲਦੀ ਸੀਗੀ ਤੇ ਇਹਦੇ ਨਾਲ ਫਿਰ ਰਹਿ ਗਿਆ ਸੀ ਥੋੜਾ ਜਿਹਾ ਭਰਿਆ ਨਹੀਂਗਾ ਤੇ ਕਿਉਂਕਿ ਮੋਟਰ ਕੱਲ ਵੀ ਲੇਟ ਚੱਲੀ ਆ ਟਰਾਈਆਂ ਟਰੂਈਆਂ ਲੈਂਦਿਆਂ ਲਾਉਂਦਿਆਂ ਨੇ ਤੇ ਥੋੜ੍ਹਾ ਟਾਈਮ ਹੀ ਚੱਲੀ ਆ ਫਿਰ ਬਾਅਦ ਵਾਲਾ ਟਾਈਮ ਜਿਹਾ ਤੇ ਅੱਜ ਦੇਖੋ ਸ਼ਾਮ ਨੂੰ ਆਊ ਹੁਣ ਤੇ ਕਿੰਨਾ ਟਾਈਮ ਚੱਲਦੀ ਅੱਜ ਫਿਰ ਤੇ ਕੱਲ੍ਹ ਦਾ ਦਿਨ ਹੈਗਾ ਆਪਣੇ ਕੋਲ ਦੋ ਦਿਨ ਹੈਗੇ ਆ ਅਤੇ ਬੰਦੇ ਆਉਣੇ ਆਪਣੇ ਪਰਸੋਂ ਨੂੰ ਅਤੇ ਝੋਨਾ ਫਿਰ ਲਾਉਣਗੇ 5 ਕਿੱਲੇ ਜਿਹੜੇ ਆਪਣੇ ਅਗੇਤੇ ਆ ਇਹ ਪਿੰਡ ਅਤੇ ਬਾਕੀ ਹੁਣ ਬੰਦਿਆਂ ਦਾ ਸੀਗਾ ਕਿਉਂਕਿ ਇਹਦੀ ਸਕੀਮ ਹੈ ਨਹੀਂ ਸੀ ਪਹਿਲਾਂ ਆਪਣੀ ਵੈਸੇ ਜਿਹੜੇ 5 ਕਿੱਲੇ ਮੌਕੇ ਜੇ ਦੀ ਸਕੀਮ ਬਣਾਈ ਵੀ ਇਹ 'ਚ ਲਾ ਦਿੰਦੇ 5 ਕਿੱਲੇ ਵੀ ਪਹਿਲਾਂ ਪਲ ਜਾਣਗੇ ਅਤੇ ਨਹੀਂ ਤਾਂ ਇਕੱਠੇ ਹੀ ਲਾਉਣੇ ਸੀ ਆਪਾਂ ਪਨੀਰੀ ਇਹਦੀ ਵੈਸੇ ਲਾਤੀ ਆ 26 ਦੀ ਆਪਾਂ ਪਰ ਉਹ ਹੁਣ ਨਿੰਦੀ ਦੇ ਕੰਮ ਆਜੂਗੀ ਵੈਸੇ ਨਿੰਦੀ ਕੋਲ ਵੀ ਹੈਗੀ ਆ ਉਹਨੇ ਵੀ ਜਾਣੀ ਸ਼ੱਕੀ ਤੌਰ 'ਤੇ ਆਪਾਂ ਕਹਿ ਦਿੰਦੇ ਵੀ ਸ਼ਾਇਦ ਵੀ ਘੱਟ ਘੁੱਟ ਨਾ ਜਾਵੇ ਅਤੇ ਤਾਂ ਕਰਕੇ ਕਿਸੇ ਹੋਰ ਦੇ ਕੰਮ ਆਜੂਗੀ ਆਪਣੇ ਅਤੇ ਨਹੀਂ ਤਾਂ ਫਿਰ ਸਾਰੇ ਦੀ ਬੀਜਤੀ ਸੀ ਆਪਾਂ ਅਤੇ ਬਾਕੀ ਕੇਵਲ ਲਿਆਉਂਦੇ ਫੜ ਕੇ ਉਹ ਅਤੇ ਪਾਉਂਦੇ ਆ ਫਿਰ ਉਹਦੀ ਅਤੇ ਨਹੀਂ ਫਿਰ ਪ੍ਰੋਬਲਮ ਫਿਰ ਦਊਗੀ ਉਹ ਕਿਉਂਕਿ ਮੀਂਹ ਪੈ ਗਿਆ ਸੀਗਾ ਅਤੇ ਉਹਦੇ ਵਿਚਾਲੇ ਇੱਕ ਜੋੜ ਸੀਗਾ ਅਤੇ ਪਹਿਲਾਂ ਤਾਂ 5-6 ਸਾਲ ਹੋ ਗਏ ਟੈਕ ਕੇ ਚੱਲੀ ਗਈ ਵਧੀਆ ਮੋਟਰ ਅਤੇ ਉਹਦੇ ਉੱਤੋਂ ਟੇਪ ਜੀ ਧੁੱਪ ਨਾਲ ਖਰਾਬ ਹੋ ਗਏ ਪਾਣੀ ਪੈ ਗਿਆ ਜੋੜਾਂ 'ਚ ਅਤੇ ਉਹਨੂੰ ਫਿਰ ਕਰਦੇ ਹਾਂ ਚੇਂਜ ਅਤੇ ਨਹੀਂ ਤਾਂ ਫਿਰ ਵਿੱਚ ਵਿਚਾਲੇ ਫਿਰ ਇੱਦਾਂ ਹੀ ਕੰਮ ਖਰਾਬ ਹੋਊਗਾ ਉਹਦਾ। ਬਾਕੀ ਹਰਜਿੰਦਰ ਦਾ ਫੋਨ ਆਇਆ ਸੀਗਾ, ਹਰਜਿੰਦਰ ਵਾਹੁਣ ਲੱਗਿਆ ਟਰੈਕਟਰ ਨਾਲ ਪੈਲੀ ਅਤੇ ਟਰੈਕਟਰ ਇਹ ਨਵਾਂ ਲਿਆਇਆ ਵਾ ਚੱਲਦਾ, ਮਤਲਬ ਪਹਿਲਾਂ 3600 ਸੀਗਾ ਉਹ ਵੇਚਤਾ ਸੀਗਾ ਅਤੇ ਬਾਕੀ ਦੇਖ ਕੇ ਆਉਂਦੇ ਹਾਂ, ਕਹਿੰਦਾ ਕਿਹੜਾ ਚੈੱਕ ਕਰ ਲਓ ਬਈ ਆ ਕੇ ਕਿਵੇਂ ਲੋਡ ਲਾਡ ਚੱਕਦਾ ਵਾ ਅਤੇ ਬਾਕੀ ਦੇਖਦੇ ਹਾਂ ਕਿਵੇਂ ਕੰਡੀਸ਼ਨ ਆ ਟਰੈਕਟਰ ਦੀ। ਚੱਲਦੇ ਹਾਂ ਖੇਤ ਉਹਦੇ ਫਿਰ ਤੁਰ ਕੇ, ਨਾਲ ਹੀ ਖੇਤ ਆ ਉਹਦਾ ਇੱਥੇ ਆਪਣੇ। ਗਿੱਲੀ ਆ ਪੈਲੀ ਥੋੜ੍ਹੀ ਜਿਹੀ ਅਜੇ ਅਤੇ ਹੁਣ ਹਵਾ ਹੋਵੇ ਤਾਂ ਮੈਨੂੰ ਲੱਗਦਾ ਇੱਦਾਂ ਹੀ ਲੱਗੂਗੀ ਕਿਉਂਕਿ ਬੱਦਲਬਾਜੀ ਜੀ ਹੈਗੀ ਆ ਹਜੇ ਅਤੇ ਆ ਇੱਥੇ ਵੀ ਗਿੱਲਾ ਹੀ ਆ ਨੱਕੇ ਕੋਲ, ਜਾਂਦਾ ਪਾਣੀ ਪੂਣੀ ਟੁੱਟਿਆ ਹੋਊਗਾ। ਅਤੇ ਆ ਗਈ ਪੂਛੇ ਦੀ ਪਨੀਰੀ ਅਤੇ ਪਰੇ ਹੈਗੀ 26 ਦੀ, ਉਹ ਲੇਟ ਬੀਜੀ ਇਹਨੇ ਅਤੇ ਬਾਕੀ ਪੁੱਛਦੇ ਹਾਂ ਕਿਹੜਾ ਮਾਡਲ ਆ ਟਰੈਕਟਰ, ਦੇਖਣ ਨੂੰ ਤਾਂ ਠੀਕ ਲੱਗਦਾ ਹੈ ਸ਼ੋ ਸ਼ਾਹ ਜੀ। ਬਾਕੀ ਇਹਨੂੰ ਹੁਣ ਦੇਖ ਲਈ ਇਹਨੇ ਵਾਹ ਕੇ ਪਤਾ ਲੱਗ ਜਾਣਾ ਵੀ ਕਿਵੇਂ ਚੱਲਦਾ ਵਾ, ਉਹਨੇ ਇਹਦਾ ਕੱਦੂ ਜੀ ਪਤਾ ਲੱਗ ਜਾਣਾ, ਤੇਲ ਤੂਲ ਦਾ ਹੀ ਹੁੰਦਾ ਬੜਾ ਵੀ ਮਗਲੈਲ ਨਾ ਘਟਾਉਂਦਾ ਹੋਵੇ, ਫਿਰ ਉਹਦਾ ਆਪਦੇ ਹੱਥੀ ਵਾਹ ਕੇ ਪਤਾ ਲੱਗਦਾ। ਗਿੱਲੀ ਹੈ ਪੈਲੀ, ਥੋੜ੍ਹਾ ਪ੍ਰੋਪਰ ਪਤਾ ਨਹੀਂ ਲੱਗਦਾ ਜ਼ੋਰ ਦਾ ਉੱਦਾਂ, ਜਦੋਂ ਥੋੜ੍ਹੀ ਜਿਹੀ ਵੱਤ ਜਿਹੀ ਪੈਲੀ ਆ ਫਿਰ ਹਲ ਹੋਲਾ ਡੂੰਘੇ ਜਾਂਦੇ ਫਿਰ ਪਤਾ ਲੱਗਦਾ ਪੂਰਾ। ਅਤੇ ਇਹ 'ਚ ਇਹਦੀ ਮੂੰਗੀ ਸੀਗੀ ਅਤੇ ਤਵੀਆਂ ਨਾਲ ਵਾਹੀ ਹੋਈ ਯਾਰ, ਅਤੇ ਮੂੰਗੀ ਇਹਨੇ ਵੱਢ ਲਈ ਇਹ 'ਚੋਂ, ਆਪਾਂ ਤੋਂ ਪਹਿਲਾਂ ਲਾ ਲਈ ਸੀਗੀ ਇਹ ਜਿਹੜੀ ਆਪਾਂ ਖਾੜੇ ਬੀਜੀ ਸੀ, ਉਦੋਂ ਥੋੜ੍ਹੇ ਦਿਨ ਪਹਿਲਾਂ ਲਾਤੀ ਸੀ ਇਹ 5-7 ਦਿਨ ਅਤੇ ਹਰੀ ਹੋ ਜਾਈ ਸੀ ਵਧੀਆ ਪੂਰੀ। ਅਤੇ ਵੇਚੀ ਵੂਚੀ ਤਾਂ ਇਹਨੇ ਵੀ ਨਹੀਂ ਹਜੇ ਘਰੇ ਹੀ ਆ ਕਿਉਂਕਿ ਭਾਅ ਭੂ ਜਾਂ ਜਾਂ ਕੋਈ ਬਾਹਲਾ ਪੱਕਾ ਨਹੀਂ ਹੈਗਾ ਕਿਉਂਕਿ MSP ਤਾਂ ਗੌਰਮੈਂਟ ਖਰੀਦ ਨਹੀਂ ਰਹੀ, ਤਾਂ ਕਰਕੇ ਬਾਹਲੇ ਘਰ ਟਿਕੇ ਬੈਠੇ ਆ ਆਪਦੇ ਅੰਦਰ ਉਂਦਰ ਲਾ ਲਈਆਂ ਵੱਢ ਵੱਢ ਕੇ ਮੂੰਗੀਆਂ। ਥੋੜ੍ਹੀ ਜਿਹੀ ਲਿੰਕ ਵੀ ਇਹ ਉੱਚੀ ਲੱਗਦੀ ਆ ਓਰਲੀ, ਅਤੇ ਇਹਨੂੰ ਦੇਖਦੇ ਮਾੜਾ ਜਿਹਾ ਨੀਵਾਂ ਕਰਕੇ ਅੱਧੀ ਕੁ ਚੂੜੀ ਦਾ ਫਰਕ ਲੱਗਦਾ ਅਤੇ ਉਹਦੇ ਨਾਲ ਵੀ ਜ਼ੋਰ ਦਾ ਫਰਕ ਪੈ ਜਾਂਦਾ, ਇੱਧਰਲਾ ਕੰਨ ਜਿਹਾ ਥੋੜ੍ਹਾ ਜਿਹਾ ਹਾਲਾਂ ਦਾ ਜਿਹਾ ਧਿਆਨ ਦਿੰਦੇ ਹਾਂ ਅਤੇ ਉੱਚਾ ਵਾ ਅਤੇ ਇਹਨੂੰ ਕਰਦੇ ਹਾਂ ਸੈੱਟ ਆ ਮਾੜਾ ਡਾਊਨ ਕਰਨ ਵਾਲਾ, ਆ ਹਲ ਡਾਊਨ ਕਰਨ ਵਾਲਾ, ਅੱਧੀ ਕੁ ਚੂੜੀ ਨੀਵਾਂ ਕਰਦੇ ਇਹਨੂੰ। ਕਿਹੜਾ ਮਾਡਲ ਆ ਇਹ ਦੇਖਣ ਉਹਦਾ ਸਾਫ਼ ਆਊਗਾ ਨਾ, ਕਿੰਨਾ 50 ਪਾਵਰ ਦਾ ਇਹ 50 ਦਾ ਚੱਲ 50 ਵੀ ਬਥੇਰੀ ਆ, ਟਾਇਰ ਹੈਗੇ 1498 ਦੇ ਅਤੇ ਟਾਇਰ ਵੀ ਵੱਡੇ ਹੀ ਆ ਉਹ ਹਿਸਾਬ ਨਾਲ ਠੀਕ ਆ ਜਾਣੀ, ਅਤੇ ਆਲੂ ਵਾਲੀ ਪ੍ਰੋਬਲਮ ਆ ਜਾਂਦੀ ਆ ਥੋੜ੍ਹੀ ਜਿਹੀ ਅਤੇ ਬਾਕੀ ਤਾਂ ਠੀਕ ਆ। ਕਿਵੇਂ ਘੁੰਮਦੀ ਹੈ, ਨਹੀਂ ਤਾਂ ਡੀਜ਼ਲ ਲਾ ਦੇ ਇਹਨੂੰ ਖੋਲ੍ਹ ਕੇ ਜਾਮ ਜੂਮ ਹੋਇਆ ਹੁੰਦਾ ਕਈ ਵਾਰੀ, ਡਾਊਨ ਕਰਨਾ ਥੱਲੇ ਵੱਡਾ ਕਰਨਾ ਡੰਡਾ ਇਹ ਥੋੜ੍ਹਾ ਜਿਹਾ, ਅੱਧੀ ਕੁ ਚੂੜੀ ਛੋਟਾ ਵਾ
तो देख सकते हैं ये है अपना 750 सोनालिका तो सोच रहा था साफ पही है जहाँ ला लू के रखी होगी क्योंकि नवा मॉडल आ ट्रैक्टर शो ला के रखी थी लगी थी मैं क्या मैं लाई रही थी देखो तो देख रहे बह बू के फिर हूँ इधर आ गया पंप वाली साइड थले भी पड़ो बाकी ट्रैक्टर ठीक है उस हिसाब ना जोर वधिया लाउंदा पर पैली है जिहड़ी ओह गिल्ली है थोड़ी जी कंट्रोल थोड़ा जिहा घट करदा ओह मैं ते हल थोड़े डूंगे लग जांदे मल्लो मल्ली किवें फिर चलाउण नूं फर्क लगदा फोड़ ना फिर हुण है ब्रेकां ब्रूकां दा फर्क पैणा इक तां रुकण लगण नूं चल ते तो मरना नहीं इह हुण नवें दा नवां नाल कैश ते नहीं आउणी ते किन्ने जे पै गया सारा हुण इह हुण आपां नूं पूरा ही टेप लवा के चल टैटू ठीक है चल जाने तेरे हजे कढू टाइम आहो चल बड़ा हो गया ठीक है चली जाना काम चल बाहर फिर ਬੰਨਣ ਦੀ ਤਾਂ ਹੀ ਲੋੜ ਹੈ ਬੰਨਣ ਦੀ ਤਾਂ ਹੀ ਲੋੜ ਇਹਨੂੰ ਪੌੜੀ ਨੂੰ ਦੂਜੀ ਵੀ ਲੈਂਦੇ ਮੈਂ ਕਿਹਾ ਜੇ ਬੰਨਣੀ ਹੋਈ ਤਾਂ ਬਹੁਤ ਚਲਿਆ ਜਾਣਾ ਹੱਥ ਬਹੁਤ ਲੰਬੀ ਆ ਸਾਰਾ ਦਿਨ ਕੱਢਿਆ ਤੂੰ ਉੱਥੇ ਰਾਮ ਕੁਰਸੀ ਨਹੀਂ ਰਾਮ ਕੁਰਸੀ ਤੇ ਹੈਗਾ ਇਹਦੀ ਖਾਤਰ ਨੂੰ ਸਾਰੀ ਦਿਨ ਬੰਨੀ ਰੱਖਿਆ ਇਹ ਘਰੇ ਵੀ ਲੈ ਕੇ ਜਾਣੀ ਆ ਇਹ ਵੀਰੇ ਯਾਰ ਮੈਂ ਕਿਹੜੇ ਯਾਰ ਕੁੱਤਾ ਬੜਾ ਅੜਿਆ ਹੋਇਆ ਸੀਗਾ ਯਾਰ ਹਾਂ ਹੋਂ ਲੱਗੇ ਚਾਲੇ ਕਿੰਨੇ ਫੁੱਟ ਆ ਇਹ ਹੁਣ 50 ਫੁੱਟ चल सर जूगा इधर खेत वाले पासे लाओगे उस हिसाब ना लाओ पौड़ी घूमे ना थले पुल आ जाएगा थले परले पासे कर दे छे हुण तां चक सारी जाना बहुत है पौड़ी तो उची है ना
ਫਿਰ ਚੱਕਰਾਂ ਚੁੱਕਰਾਂ ਦਾ ਹੁਣ ਚੱਕਰ ਪਊਗਾ ਫਿਰ ਉਹਦਾ ਮੋਟਰ ਦੇ ਹੋ ਜਾਣਗੇ ਸਿੰਗਲ ਕੇਬਲ ਹੀ ਆ ਹੈ ਮੋਟਰ ਦੇ ਹੋ ਜਾਣਗੇ ਲਿਆ ਤੇ ਪਹੁੰਚ ਜੂ ਉੱਤੇ ਕੱਢ ਕੇ ਨੇੜੇ ਕੋ ਛੋਟੀ ਪਈ ਉਹ ਸਖਤ ਹੋਵੇ ਤੇ ਬਿੰਗੀ ਨਾ ਹੋ ਜਾਏ ਇਹ ਚੱਲ ਜੀ ਸੱਚ ਕਟਿਆ ਕਿੰਨੇ ਦੀ ਮੋਟਰ ਚਲਾ ਦੂ ਇਹ 20 ਦੀ ਆਰਾਮ ਨਾਲ ਇਹ ਹੁਣ ਵਿੱਚੋਂ ਜੁੜੀ ਹੋਊ ਆਪਣੇ ਆ ਜਿਹੜਾ ਜੋੜ ਲੀਕ ਆ ਹਾਂ ਆ ਦੇ ਲੋ ਨਹੀਂ ਤੂੰ ਜੋੜ ਤਾਂ ਲੈ ਪਾਸੇ ਆ ਨਾ ਦੇਖੋ ਤੁਸੀਂ ਦੇਖ ਲਓ ਪਾਸੇ ਨਾ ਜੋੜ ਅੱਗ ਮਾਰਨ ਦਾ ਕੋਈ ਕਾਰਨ ਆ ਮੋਟਰ ਦਾ ਕੋਈ ਠੀਕ ਆ ਨਹੀਂ ਫੇ ਵਿੱਚੋਂ ਜੁੜੀ ਹੋਊ ਕਿਤੇ ਹੋਰ ਵਿੱਚੋਂ ਜੁੜੀ ਹੋਊ ਕਿਤੇ ਹੋਰ ਛਾਟ ਆਏ ਹੈ ਨਾ ਉਧਰ ਉਹ ਤੇ ਚੈੱਕ ਕਰ ਲੈ ਸਟਾਰਟਰ ਵਗੈਰਾ ਸਾਰਾ ਕੁਝ ਉਹਦਾ ਠੀਕ ਉਹਦਾ ਠੀਕ ਆ ਇਹ ਜੋੜ ਠੀਕ ਆ ਉਹ ਵੈਸੇ ਲੱਗ ਗਿਆ ਸੀਗਾ ਪਰ ਇਹ ਵਿੱਚੋਂ ਕਿਤੋਂ ਛਾਟ ਆਏ ਤਾਰ ਹੁਣ ਪਰ ਇਹ ਪਹਿਲਾਂ ਟਿੱਕੀ ਹੋਈ ਚੱਲੀ ਗਈ ਇਦਾਂ ਹੀ ਹਾਂ ਕਿੰਨੇ ਸਾਲ ਹੋ ਗਏ ਚੱਲ ਕਲਾਸ ਕਿੱਥੇ ਤੂੰ ਲਾ ਚੱਕੀ ਇਹਦੇ ਵਿੱਚ ਆ ਫੜ ਫੇਰ ਹੀ ਖੰਭੇ ਤੇ ਲੱਗਣੀ ਆ ਇਦਾਂ ਫੜ ਯਾਰ ਨਹੀਂ 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 ਆਹੀ ਫੜ ਕੇ ਵਾਹ ਜੋਰ ਚੱਲ ਘੱਟ ਆ ਤੇਰੇ ਜੋਰ ਯਾਰ ਆਵਾ ਤੈਨੂੰ ਖਿੱਚੀ ਜਾਂਦਾ ਇਹ ਨਹੀਂ ਆ ਤੋ ਪੈਰ ਪੱਟੀ ਜਾਂਦਾ ਉਹ ਜੋਰ ਜ਼ਿਆਦਾ ਚੰਗਾ ਲਾਉਂਦਾ ਪਰ ਉਹ ਗੱਲ ਨਹੀਂ ਬਣਦੀ ਭਾਰ ਤਾਂ ਥੋੜਾ ਬਰਾਬਰ ਜਿਹਾ ਹੀ ਹੋਣਾ ਬਹੁਤ ਹੋਊਗੀ ਤਾਂ ਹੀ ਉਹ ਜੋਰ ਮਾਰਦਾ ਨਾ ਇੱਕ ਇੱਧਰ ਨੂੰ ਢਾਲ ਆ ਤੂੰ ਤਿਲਕਦਾ ਤਾਂ ਵੀ ਆ ਢਾਲ ਨੀ ਕਿ ਤੂੰ ਉੱਚੇ ਜਗ੍ਹਾ ਤੇ ਖੜਾ ਬਹੁਤ ਆ ਵਾਧੂ ਇਹ ਚ ਨਾ ਕੱਚ ਰਿਹਾ ਜੇ ਤੇਰਾ ਤੇ ਕੇਬਲ ਤੇ ਲਾ ਦੀਆਂ ਥਿੰਬਲਾਂ ਤੇ ਇਹਦੇ ਨਾਲ ਕੰਮ ਪੱਕਾ ਹੋ ਜਾਂਦਾ ਫਿਰ ਤੇ ਸਪਾਰਕ ਨਹੀਂ ਮਾਰਦੀ ਤਾਰ ਬਿਲਕੁਲ ਹੀ ਤੇ ਨਹੀਂ ਤਾਂ ਕੰਮ ਖਰਾਬ ਹੋਇਆ ਹੀ ਰਹਿੰਦਾ ਵਾ ਥਿੰਬਲ ਦਾ ਰੋਲ ਉਹ ਬਹੁਤ ਆ ਅਤੇ 25 mm ਦੀ ਤਾਰ ਪਾ ਤੀ ਆਪਾਂ ਅਤੇ ਪਹਿਲਾਂ ਇੱਥੇ ਜੋੜ ਸੀਗਾ ਆਹ ਵਾਲੀ ਤਾਰ ਸੀਗੀ ਅਤੇ ਮੋਟੀ ਸੀ ਵੈਸੇ ਇਹ ਵੀ ਤਾਂ ਪਰ ਜੋੜ ਹੋਣ ਦੇ ਕਾਰਨ ਪਾਣੀ ਨਾ ਫਿਰ ਸ਼ਾਰਟ ਹੋ ਗਈ ਵਿੱਚ ਅਤੇ ਥਿੰਬਲ ਜੇ ਲੱਗੀ ਹੋਵੇ ਟਕਾ ਕੇ ਤਾਂ ਫਿਰ ਪ੍ਰੋਬਲਮ ਨਹੀਂ ਆਉਂਦੀ ਸੁੱਚ ਕੱਢ ਦੇਣੀ ਆ ਫਿਰ ਇਹ ਵਿੱਚੋਂ ਨਾ ਪੱਤਾ ਜਿਹਾ ਘੱਸ ਗਿਆ ਹੋਣਾ ਨਾ ਉਹ ਜੰਗ ਜੁੰਗ ਲੱਗ ਗਿਆ ਆਹ ਇਹਦੇ ਕਰਕੇ ਹੀ ਫਿਰ ਇਹਨੂੰ ਕੱਢ ਦੇ ਬਸ ਉਹ ਉੱਥੇ ਗ੍ਰਿਪਾਂ ਦੇ ਸਹੀ ਆਪਣੀ ਸਿੱਧੀ ਹੋਈ ਉਹ ਵੀ ਸੋਚੀ ਆ ਕੱਢ ਕੇ ਉਹਨੂੰ ਸਿੱਧੀ ਲਾ ਦੇ ਇਹਦੀ ਕੀ ਸਲੀਵ ਹੀ ਕਹਿੰਦੇ ਇਹਨੂੰ ਹਾਂ ਹਾਂ ਸਲੀਵ ਉਹ ਸਲੀਵ ਆ ਜਿਹੜੀ ਇਹ ਖਰਾਬ ਹੋ ਗਈ ਆਪਣੀ ਆ ਤੇ ਖਤਰਾ ਫਿਰ ਇਹਦੇ ਕਰਕੇ ਉਹ ਸ਼ਾਰਟ ਹੁੰਦਾ ਨਾ ਉਹ ਹਾਂ ਹਾਂ ਵੀਰੇ ਇਹਦਾ ਕਰਕੇ ਕਰੰਟ ਆਉਂਦਾ ਡਬਲ ਫੇਸ ਵੀ ਹੋ ਸਕਦਾ ਇਹਦੇ ਨਾਲ ਜੇ ਆ ਵੀ ਹੋ ਜਾਏਗਾ ਆਹ ਵਾਲੀ ਇਹ ਢਿੱਲੀ ਹੋਊ ਫਿਰ ਆਹ ਮੈਨੂੰ ਲੱਗਦਾ ਤਾਂ ਹੀ ਹਿੱਲੇ ਹਿੱਲੇ ਕੇ ਹੁੰਦੇ ਸੋਚਦੇ ਵੈਸੇ ਬੜੀ ਕੱਟੀ ਨਹੀਂ ਆਪਾਂ ਉਹਦਾ ਕਰਕੇ ਹੋ ਚੱਲ ਚੱਕਰ ਹੁਣ ਬਾਅਦ 'ਚ ਹੀ ਕਰਨੇ ਪੈਣੇ ਸ਼ਾਮ ਨੂੰ ਹੈ ਨਾ ਹੁੱਕ ਜੀ ਬਣਾ ਲੈਣਾ ਤੇ ਪਹਿਲਾਂ ਦੇਖਦੇ ਆ ਇਹ 'ਚ ਫਿਰ ਵਿੱਚ ਦੀ ਨਿਕਲ ਜੂ ਜੂ ਬਣਾ ਲਾ ਪਹਿਲਾਂ ਆਈ ਕਰਦਾ ਮਾੜੀ ਜੀ ਹੋਰ ਥਾਂ ਕੱਢਣੀ ਹੋਰ ਥਾਂ ਕੱਢ ਲਾ ਫਿਰ ਸੱਟ ਨਹੀਂ ਲੱਗਣੀ ਤੇਤੋਂ ਸਿੱਧਾ ਕਰਕੇ ਉਹਨੂੰ ਹੋਰ ਥਾਂ ਕੱਢ ਲਾ ਕਿਤੇ
ਮੇਖਾਂ ਵੀ ਪਈਆਂ ਮੋਟੀਆਂ ਜੇ ਉਹ ਲੋਡ ਕਰਨੀ ਅੰਦਰ ਪਈਆਂ ਵਾ ਨਾ ਇਹਨੂੰ ਦੇ ਲੈਣੀ ਇਹਨਾਂ ਨਾਲ ਸਹੀ ਹੋਈ ਗਲਾਸ ਨਾ ਫੜ ਲਾ ਇਹ ਉਹੀ ਆ ਸੀਮੈਂਟ ਜਿਹਾ ਵੀ ਕੋਠੀ ਦਾ ਉਹਦਾ ਪੱਟੀ ਜਾਵੇ ਟੁੱਟ ਜੀ ਦੇ ਲੈ ਇੱਥੇ ਵੀ ਦੇ ਲਾ ਗੱਡ ਗੁੱਟ ਕੇ ਉਹਦਾ ਤਿੱਖਾ ਵਾ ਮੂਹਰੇ ਉਹਦਾ ਬਹੁਤ ਹੋ ਮਸਾਲਾ ਜਿਹਾ ਰੇਤੇ ਜਿਹਾ ਵਾਲਾ ਲੱਗਦਾ ਹੈ ਨਾ ਬਾਹਲਾ ਨੀ ਕਰੰਟ ਜਿਹਾ ਜਗ੍ਹਾ ਕਰੰਟ ਵਾਲਾ ਨਹੀਂ ਹੈਗਾ ਜਗ੍ਹਾ ਚੱਲ ਕੋਈ ਨਾ ਲਾ ਤਾਂ ਸਹੀ ਖੜੀ ਰਹਿਣੀ ਹੈ ਤਾਂ ਦੇਖਦਾ ਸਹੀ ਲਾ ਕੇ ਮੈਂ ਕਹਿੰਦਾ ਇੱਥੋਂ ਇਹਨੂੰ ਥੋੜਾ ਬੈਂਡ ਕਰਕੇ ਬੰਨ ਦਿੰਨੀ ਆ ਆਹੋ ਬੰਨ ਦੇ ਐ ਬਸ ਪਾ ਲਾ ਤਾਰ ਵਿੱਚ ਫੇਰ ਸਾਰੀ ਕੱਢਣੀ ਪਊਗੀ ਉਹਨੂੰ ਨਾ ਬਸ ਐ ਲਾ ਦੇ ਮਾੜੀ ਜੀ ਨਾਲ ਬਸ ਸਿਰ ਚ ਨਹੀਂ ਵੱਜਣੀ ਇੱਥੋਂ ਉਹ ਬਾਅਦ ਚ ਖਿੱਚ ਲਈ ਕੋਈ ਨਾ ਕੇਰਾ ਨਾਲ ਲਾ ਦੇ ਫਿਰ ਵਿੱਚੋਂ ਖਿੱਚੀ ਜਾਊਗੀ ਸਲੇਟ ਨਾ ਲੱਗਣੀ ਕਰਦੇ ਸਾਡੇ ਭਾਈ ਜਾਨ ਕਾ ਕੰਮ ਅਸੀਂ ਮਾੜਾ ਥੋੜੀ ਕਰਾਂਗੇ ਉਹਦੇ ਹੈ ਨਹੀਂ ਗੇ ਝੂਟ ਸਵਾਨ ਮਜਬੂਰੀ ਸੀ ਝੂਠ ਨੀ ਮਾਰਦੇ ਯਾਰ ਆਪਾਂ ਸੱਚ ਆਪਾਂ ਝੂਠ ਨੀ ਮਾਰਦੇ ਗੱਲ